जेकर तुहानू हाथ छड़ के सैकल चलाना हुंदा है तो बाई जी तुसीं 5100 रुपए जित सकते हो। मेरे नाल दा कोई पैसे ले रहे ते मेरे नाल दा हाथ छड़ के सैकल था तकदा। वैसे नहीं 2500 वाली। अच्छा 2500 है ते शर्त तुसीं 5100 दी ला रहे हो। ਵਾਤੀ ਦੌਰ ਚ ਤੁਸੀਂ ਹੱਥ ਛੱਡ ਕੇ ਸਾਈਕਲ ਚਲਾਇਆ ਗਿਰੇ ਨਹੀਂ ਤੁਸੀਂ? ਗਿਰੇ ਨਹੀਂ। ਇਹ ਕਿਵੇਂ ਹੋ ਸਕਦਾ? ਨਾ ਜੀ ਗਿਰੇ ਨਹੀਂ, ਧੰਮੇ ਨਹੀਂ ਗਿਰੇ। ਜਿਹੜਾ ਸਾਈਕਲ ਚਲਾਉਂਦੇ ਤੁਸੀਂ ਹੱਥ ਛੱਡ ਕੇ, ਤੁਸੀਂ ਕਿਸੇ ਨਾਲ ਸ਼ਰਤ ਲਾਈ ਹੈ, ਕਿਸੇ ਨਾਲ ਰੇਸ ਲਾਈ ਹੈ? ਆਇਆ ਨਹੀਂ ਕੋਈ, ਕੋਈ ਨਾ ਕੋਈ ਨਹੀਂ ਆਇਆ। ਡਰ ਕੇ ਭੱਜ ਜਾਂਦੇ ਨੇ? ਹਾਂਜੀ। ਕੋਈ ਮਰ ਗਿਆ ਬਰ, ਪੈਸੇ ਲੈ ਰਹੇ ਤੇ ਹੱਥ ਛੱਡ ਕੇ ਚਾਹੇਂਗੇ ਸਾਰੇ। ਕਹਿੰਦੇ ਕੋਈ ਮਰਜ਼ੀ ਆਓ, ਜੇਕਰ ਕੋਈ ਹੱਥ ਛੱਡ ਕੇ ਸਾਈਕਲ ਇਹਨਾਂ ਵਾਂਗੂ ਚਲਾ ਲੈਂਦਾ ਤਾਂ ਇਹ ਜਿਹੜੇ ਪੈਸੇ ਨੇ 5100 ਰੁਪਏ ਸ਼ਰਤ ਵਜੋਂ ਉਹਨਾਂ ਨੂੰ ਦੇਣਗੇ ਜਿਹੜਾ ਜਿੱਤ ਜਾਏਗਾ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਇਸ ਵਕਤ ਅਸੀਂ ਸੁਨਾਮ ਦੇ ਪਿੰਡ ਸ਼ੇਰੋ ਵਿਖੇ ਮੌਜੂਦ ਹਾਂ। ਜੇਕਰ ਤੁਹਾਨੂੰ ਹੱਥ ਛੱਡ ਕੇ ਸਾਈਕਲ ਚਲਾਉਣਾ ਹੁੰਦਾ ਹੈ ਤਾਂ ਬਾਈ ਜੀ ਤੁਸੀਂ 5100 ਰੁਪਏ ਜਿੱਤ ਸਕਦੇ ਹੋ। ਜੀ ਹਾਂ, ਤੁਹਾਨੂੰ ਕਿਹੋ ਜਿਹੇ ਸ਼ਖਸ ਨਾਲ ਰੂਬਰੂ ਕਰਾਉਣੇ ਆ ਜਿਨ੍ਹਾਂ ਦੀ 51 ਸਾਲ ਦੀ ਉਮਰ ਹੈ, ਜਿਨ੍ਹਾਂ ਦਾ ਨਾਮ ਹੈਗਾ ਪੋਲੋ ਜੀਤ, ਜਿਹੜੇ ਕਿ ਹੱਥ ਛੱਡ ਕੇ ਸਾਈਕਲ ਚਲਾਉਂਦੇ ਨੇ। ਪੋਲੋ ਜੀ, ਜੀ ਕਿੰਨੇ ਕਿਲੋਮੀਟਰ ਤੁਸੀਂ ਸਾਈਕਲ ਚਲਾ ਲੈਂਦੇ ਹੋ? ਮੈਂ ਜੀ 20 ਕਿਲੋਮੀਟਰ। ਤੁਹਾਨੂੰ 20 ਕਿਲੋਮੀਟਰ ਇਹ ਹੱਥ ਛੱਡ ਕੇ ਸਾਈਕਲ ਚਲਾ ਲੈਂਦੇ ਨੇ ਬਾਈ ਜੀ, ਤੇ ਹੱਥ 'ਚ ਪੈਸੇ ਵੀ ਫੜ ਰੱਖਣੇ ਤੁਸੀਂ? ਹਾਂਜੀ। ਕਿੰਨੇ ਪੈਸੇ ਨੇ ਇਹ? 2500 ਵਾਲੇ। ਅੱਛਾ 2500 ਹੈ ਤੇ ਸ਼ਰਤ ਤੁਸੀਂ 5100 ਦੀ ਲਾ ਰਹੇ ਸੀ? ਹਾਂਜੀ। ਠੀਕ ਹੈ ਠੀਕ ਹੈ। ਤਾਂ ਇਹਨਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਜੇਕਰ ਕੋਈ ਵਿਅਕਤੀ ਇਹਨਾਂ ਦੀ ਹਮ ਉਮਰ ਦਾ, ਕਿ ਨੌਜਵਾਨ ਵੀ, ਕੋਈ ਮਰਜ਼ੀ ਆਓ, ਕਹਿੰਦੇ ਕੋਈ ਮਰਜ਼ੀ ਆਓ, ਜੇਕਰ ਕੋਈ ਹੱਥ ਛੱਡ ਕੇ ਸਾਈਕਲ ਇਹਨਾਂ ਵਾਂਗੂ ਚਲਾ ਲੈਂਦਾ ਤਾਂ ਇਹ ਜਿਹੜੇ ਪੈਸੇ ਨੇ 5100 ਰੁਪਏ ਸ਼ਰਤ ਵਜੋਂ ਉਹਨਾਂ ਨੂੰ ਦੇਣਗੇ ਜਿਹੜਾ ਜਿੱਤ ਜਾਏਗਾ, ਹੈ ਨਾ ਜੀ? ਹਾਂਜੀ। ਤੇ ਕਦੋਂ ਤੋਂ ਤੁਸੀਂ ਇਹ ਜਿਹੜੀ ਇਹ ਕਰਤੱਵ ਕਰਦੇ ਆ ਰਹੇ ਹੋ ਪੋਲੋ ਜੀ? ਜੀ 3 ਸਾਲ ਹੋ ਗਏ ਜੀ। 3 ਸਾਲ ਹੋ ਗਏ ਇਹਨਾਂ ਨੂੰ ਇਦਾਂ ਹੀ ਹੱਥ ਛੱਡ ਕੇ ਸਾਈਕਲ ਚਲਾ ਰਹੇ ਨੇ। ਠੀਕ ਹੈ, ਤੇ ਕਿਵੇਂ ਕੀ ਜ਼ਹਿਨ 'ਚ ਆਇਆ ਤੁਹਾਡੇ ਵੀ ਮੈਂ ਇਦਾਂ ਸਾਈਕਲ ਚਲਾਵਾਂ? ਆਪਣੇ ਆਪ ਹੀ ਹੋ ਗਿਆ ਜੀ, ਮਨ 'ਤੇ ਕੋਈ ਗੱਲ ਆਪਣੇ ਆਪ ਹੋ ਗਿਆ? ਆਪਣੇ ਆਪ। ਜਦੋਂ ਸ਼ੁਰੂਆਤੀ ਦੌਰ 'ਚ ਤੁਸੀਂ ਹੱਥ ਛੱਡ ਕੇ ਸਾਈਕਲ ਚਲਾਇਆ ਗਿਰੇ ਨਹੀਂ ਤੁਸੀਂ? ਗਿਰੇ ਨਹੀਂ। ਇਹ ਕਿਵੇਂ ਹੋ ਸਕਦਾ? ਨਾ ਜੀ ਗਿਰੇ ਨਹੀਂ, ਜੰਮੇ ਨਹੀਂ ਗਿਰਿਆ। ਜੰਮੇ ਨਹੀਂ ਗਿਰੇ? ਨਾ। ਕਮਾਲ ਹੋ ਗਈ। ਨਾ ਨਾ। ਅੱਛਾ, ਹੋਰ ਪੋਲੋ ਜੀ, ਜੀ ਫੈਮਿਲੀ 'ਚ ਕੌਣ ਕੌਣ ਆ ਤੁਹਾਡੀ? ਫੈਮਿਲੀ ਦੇ ਇੱਕ ਮੁੰਡਾ ਤੇ ਮਨੂ, ਇੱਕ ਨੂੰਹਾਂ, ਇੱਕ ਪੋਤਾ, ਇੱਕ ਘਰ ਦੇ ਨੇ। ਹਾਂ, ਗੁੱਡੀ ਬਹਿ ਹੋਈ ਆ। ਉਹਨਾਂ ਨੇ ਟਰਾਈ ਕੀਤੀ ਹੈ ਤੁਹਾਡੇ ਵਾਂਗੂ ਮੈਂ ਹੱਥ ਛੱਡ ਕੇ ਸਾਈਕਲ ਚਲਾਉਣ ਦੀ ਕੋਸ਼ਿਸ਼ ਕੀਤੀ ਹੈ? ਨਾ, ਪੋਤੇ ਨੇ ਕਰੀ ਜੀ। ਪੋਤੇ ਨੇ ਕਰੀ? ਹਾਂ। ਅੱਛਾ ਅੱਛਾ ਅੱਛਾ। ਸੋ ਇਹ ਪੋਲੋ ਜੀ ਨੇ ਜਿਹੜੇ ਦਾਅਵਾ ਕਰਦੇ ਨੇ, ਕਹਿੰਦੇ ਮੇਰੇ ਵਾਂਗੂ ਸਾਈਕਲ ਚਲਾਓ ਤਾਂ ਮੈਂ 5100 ਰੁਪਏ ਉਹਨੂੰ ਦਊਂਗਾ, ਜੇਕਰ ਕੋਈ ਟਰਾਈ ਕਰਨਾ ਚਾਹੁੰਦਾ ਤਾਂ ਇਹਨਾਂ ਨੂੰ ਆ ਕੇ ਸੰਪਰਕ ਕਰ ਸਕਦਾ। ਪੋਲੋ ਜੀ, ਜੀ ਤੁਸੀਂ ਹੁਣ ਤੱਕ ਆਪਾਂ ਕਹਿ ਦਈਏ ਜਿਹੜਾ ਸਾਈਕਲ ਚਲਾਉਂਦੇ ਤੁਸੀਂ ਹੱਥ ਛੱਡ ਕੇ, ਤੁਸੀਂ ਕਿਸੇ ਨਾਲ ਸ਼ਰਤ ਲਾਈ ਹੈ, ਕਿਸੇ ਨਾਲ ਰੇਸ ਲਾਈ ਹੈ? ਆਇਆ ਨਹੀਂ ਕੋਈ, ਕੋਈ ਨਾ ਕੋਈ ਨਹੀਂ ਆਇਆ। ਡਰ ਕੇ ਭੱਜ ਜਾਂਦੇ ਨੇ? ਹਾਂਜੀ। ਅੱਛਾ, ਠੀਕ ਹੈ। ਤਾਂ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਨੌਜਵਾਨੋ, ਜਿਹੜੀ ਅੱਜ ਕੱਲ ਪੀੜ੍ਹੀ ਹੈ? ਮੈਂ ਕਹਿੰਦਾ ਵੀ ਨੱਥਿਆ ਤੋਂ ਵੱਟ ਕੇ ਮੇਰਾ ਸਾਈਕਲ ਥੱਲੇ ਚਲਾਓ, ਥਾਓ, ਨੱਥਿਆ ਤੋਂ ਵੱਟੋ। ਸੋ ਸਰ ਪੋਲੋ ਜੀ, ਜਿਹੜੇ ਕਹਿੰਦੇ ਨੇ ਨਸ਼ਾ ਛੱਡ ਕੇ ਜਿਹੜੇ ਕਿ ਮੇਰੇ ਵਾਂਗੂ ਸਾਈਕਲ ਚਲਾਓ, ਤੇ ਇਹਨਾਂ ਵੱਲੋਂ ਪੈਸੇ ਵੀ ਦਿਖਾਏ ਗਏ ਨੇ, ਕਹਿੰਦੇ 5100 ਦੀ ਸ਼ਰਤ ਲਾਉਣਾ ਮੇਰੇ ਵਾਂਗੂ ਸਾਈਕਲ ਚਲਾ ਕੇ ਦਿਖਾਵੇ ਕੋਈ। ਸੁਨਾਮ ਤੋਂ ਡੇਲੀ ਪੋਸਟ ਦੇ ਲਈ ਰਾਜੀਵ ਸ਼ਰਮਾ।